ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸ਼ੂਟਿੰਗ ਹੁੰਦੀ ਹੈ ਅੰਮ੍ਰਿਤਸਰ ਜਾ ਕੇ ਸਾਨੂੰ ਚਾਅ ਚੜ ਜਾਂਦਾ ਕਿਉਂਕਿ ਅਸਲ ਵਿੱਚ ਮਨ ਇਹ ਕਹਿੰਦਾ ਹੁੰਦਾ ਕਿ ਇੱਕ ਪੰਥ ਦੋ ਕਾਜ ਸ਼ੂਟਿੰਗ ਲਈ ਤਾਂ ਜਾਣਾ ਹੀ ਜਾਣਾ ਪ੍ਰੋਗਰਾਮ ਲਈ ਤਾਂ ਜਾਣਾ ਜਾਣਾ ਅਤੇ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲੈਣੇ ਆ ਉਹ ਸਾਡੇ ਭਾਗਾਂ ਦੇ ਵਿੱਚ ਸਾਨੂੰ ਪਰਮਾਤਮਾ ਤੱਕ ਦਵਾਉਂਦਾ ਪ੍ਰੋਗਰਾਮ ਸਾਨੂੰ ਦਵਾਉਂਦਾ ਅਤੇ ਪ੍ਰੋਗਰਾਮ ਦੇ ਬੇਸ 'ਤੇ ਅਸੀਂ ਆ ਕੇ ਇੱਥੇ ਦਰਸ਼ਨ ਕਰ ਲਈਦਾ ਮੈਂ ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਕਰਦਾ ਕਿ ਮੈਂ ਉਸ ਕੈਟੇਗਰੀ ਨੂੰ ਬਿਲੋਂਗ ਕਰਦਾ ਆਰਟਿਸਟ ਜਿਨ੍ਹਾਂ ਨੂੰ ਬਿਲੋਂਗ ਕਰਦੇ ਨੇ ਔਰ ਪੰਜਾਬ ਦਾ ਕੋਈ ਐਸਾ ਕਲਾਕਾਰ ਕੋਈ ਆਰਟਿਸਟ ਕੋਈ ਸਿੰਗਰ ਕੋਈ ਮਿਊਜ਼ਿਕ ਡਾਇਰੈਕਟਰ ਕੋਈ ਐਕਟਰ ਨਹੀਂ ਰਿਹਾ ਜਿਹੜਾ ਦੋ ਦੋ ਵਾਰੀ ਚਾਰ ਚਾਰ ਵਾਰੀ ਜਾ ਕੇ ਸਿੰਘੂ ਬਾਰਡਰ 'ਤੇ ਟਿਕਰੀ ਬਾਰਡਰ 'ਤੇ ਜਾਂ ਹੋਰ ਦੂਸਰੇ ਬਾਰਡਰ 'ਤੇ ਜਾ ਕੇ ਆਪਣੀ ਹਾਜ਼ਰੀ ਨਾਲ ਲਵਾ ਕੇ ਆਇਆ ਹੋਵੇ ਮੇਰਾ ਬੇਟਾ ਪੁਕਰਾਜ ਭੱਲਾ ਬਿਨੂ ਢਿੱਲੋਂ ਜੀ ਨਾਲ ਉਹ ਵੀ ਜਾ ਕੇ ਹਾਜ਼ਰੀ ਲਵਾ ਕੇ ਆਏ ਮੈਂ ਔਰ ਬਾਲਕਨ ਮੇਰਾ ਸਾਥੀ ਅਸੀਂ ਵੀ ਜਾ ਕੇ ਹਾਜ਼ਰੀ ਲਵਾ ਕੇ ਆਏ ਹਾਂ ਔਰ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਰਕਾਰਾਂ ਦੇ ਮਨ ਮੇਹਰ ਪਵੇ ਔਰ ਜਲਦੀ ਫੈਸਲਾ ਹੋਵੇ ਕਿਸਾਨਾਂ ਦੇ ਹੱਕ ਵਿੱਚ ਹੋਵੇ ਤਾਂ ਕਿ ਸਾਰੀਆਂ ਸਰਦੀਆਂ ਗਰਮੀਆਂ ਔਰ ਆਪਣੇ ਉੱਪਰ ਠੰਡ ਸਹਿ ਕੇ ਹੁਣ ਦੁਬਾਰਾ ਮੌਸਮ ਬਸੰਤ ਦਾ ਆਉਣ ਲੱਗਿਆ ਅਤੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਕਿਸਾਨ ਮੁੜਨ ਪਰ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀ ਪ੍ਰਾਪਤੀ ਕਰਕੇ ਇਹੀ ਪਰਮਾਤਮਾ ਅੱਗੇ ਅਰਦਾਸ ਕਰ ਸਰ ਕੁਛ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਨੂੰ ਲੈ ਕੇ ਰਾਜਨੀਤੀ ਕਰਦੇ ਪਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਸਿਆਸੀ ਪਾਰਟੀਆਂ ਤਾਂ ਲਾਹਾ ਤਾਂ ਹਰ ਇੱਕ ਨੇ ਲੈਣਾ ਹੀ ਹੁੰਦਾ ਹੁਣ ਜਦੋਂ ਇਹੀ ਪਾਰਟੀਆਂ ਕਹਿ ਸਕਦੇ ਹੋ ਤੁਸੀਂ ਰੂਲਿੰਗ ਪਾਰਟੀ ਹੁੰਦੀ ਆ ਤਾਂ ਦੂਸਰੀਆਂ ਓਪੋਜੀਸ਼ਨ 'ਚ ਹੁੰਦੀਆਂ ਨੇ ਅੱਜ ਦੂਸਰੀਆਂ ਓਪੋਜੀਸ਼ਨ ਦੇ ਰੂਲਿੰਗ ਪਾਰਟੀ ਹੋਰਾ ਤਾਂ ਮਤਲਬ ਤਾਂ ਉਹਨਾਂ ਨੂੰ ਇਹ ਆ ਕਿ ਕਿਸਾਨਾਂ ਦੀ ਸਿੰਪਥੀ ਲੈਣੀ ਔਰ ਸਰਕਾਰ ਦੇ ਜੋ ਫੈਸਲੇ ਨੇ ਉਹਨਾਂ ਨੂੰ ਕੰਡੈਮ ਕਰਨਾ ਇਹ ਚੱਕਾ ਚੱਲ ਰਹੀ ਰਹਿੰਦਾ ਵਾ ਡੇ ਬਾਈ ਡੇ ਔਰ ਜਦੋਂ ਉਹਨਾਂ ਦੀ ਟਰਨ ਆਉਂਦੀ ਆ ਤਾਂ ਮੈਂ ਤਾਂ ਸਿਰਫ ਇਹੀ ਕਹੂੰਗਾ ਵੀ ਸਿਰਫ ਸਿਆਸਤ ਨੂੰ ਨਾ ਮੁੱਖ ਰੱਖਿਆ ਜਾਵੇ ਸਿਰਫ ਸਾਡੇ ਕਿਸਾਨੀ ਮੁੱਦੇ ਨੂੰ ਮੁੱਖ ਰੱਖ ਕੇ ਉਹਨਾਂ ਦੀਆਂ ਮੰਗਾਂ ਮੰਗੀਆਂ